for Sangrur Lok Sabha bipole. It's five corner contest between various parties, but voters are not coming out in large numbers. Till now only 13% polling has taken place. हुणे अपने फादर साहब नाल वोट कास्ट करके आया कि मैं सारे पंजाब दे संगरूर ते बरनाला जिहड़े डिस्ट्रिक्ट दे विच इलैक्शन हो रही है संगरूर लोक सभा दी, मैं सारे लोगों नूं अपील करना चाहना कि वोट का इस्तेमाल जिहड़ा जरूर करके आ, क्योंकि लोकतंत्र दे विच सानूं सारियां नूं जिन्हां दी भी 18 साल तो उपर कई साडे बच्चिआं ने पहली बारी वोट का इस्तेमाल करना होणा, मेरी सारियां नूं बेनती है कि वध तो वध जिहड़ा परसेंटेज जिहड़ी है वह पोल होनी चाहीदी है। बाकी आम आदमी पार्टी 100% जिहड़ी संगरूर दी लोक सभा उत्थों जित जिहड़ी है वह प्राप्त करन जा रही है, क्योंकि सारे पंजाब दे लोग जाण रहे हैं कि अज जे पंजाब दे विच आम आदमी पार्टी की सरकार है तो उहदे च सब तो वड्डा योगदान संगरूर दे लोगों का, क्योंकि संगरूर के लोग वो है जिन्ह ने आम आदमी पार्टी का पंजाब च बूटा लाया। 14 च भी इतों जे साडे हुण मानयोग मुख्यमंत्री है भगवंत सिंह मान जी वड्डी लीड दे नाल उन्हां नूं इतों जिता के भेजा ते उन्होंने बहुत अच्छा परफॉर्म किया। तो उस तों बाद 19 दे विच भी जदों पूरे हिंदुस्तान चों इको सीट आई आम आदमी पार्टी ने तो भी संगरूर बरनाले के लोगों ने इतों दोबारा मान साहब नूं जिता के भेजा ते मान साहब ने एज ए मैंबर पार्लीमेंट बहुत अच्छा परफॉर्म किया, जिदे तो मैं समझदा कि देन वो संगरूर वाले लोगों की सी, पर उन्हां दी देन तो खुश होकर पूरे पंजाब के लोगों ने उन्हां नूं 92 सीटां दे नाल पंजाब दा मुख्यमंत्री बनाया। सो उन्हां दी सीट जिहड़ी है ये वेकेंट हुई है मान साहब वाली। सो हुण 100% जिहड़े संगरूर दे लोग ने, क्योंकि पहला भी मान साहब पीली पग बन के उत्थे जांदे सी, हुण भी पीली पग वाला गुरमेल सिंह घराचों 100% 26 तरीक नूं ਨਵੇਂ ਮੈਂਬਰ ਪਾਰਲੀਮੈਂਟ ਬਣ ਕੇ ਸੰਗਰੂਰ ਤੋਂ ਲੋਕ ਸਭਾ ਦੇ ਵਿੱਚ ਜਿਹੜਾ ਉਹ ਜਾ ਰਹੇ ਨੇ। ਨਹੀਂ ਦੇਖੋ ਇਹ ਤਾਂ ਮੇਰੇ ਖਿਆਲ 'ਚ ਹਜੇ ਸ਼ੁਰੂ ਹੀ ਹੈ, ਇਹ 2 ਕੁ ਘੰਟੇ ਹੋਏ ਨੇ ਅਤੇ ਹੌਲੀ ਹੌਲੀ ਭੱਖ ਜਾਣੀ ਹੈ ਵੋਟਿੰਗ। ਹਾਂ ਇਹ ਠੀਕ ਹੈ ਕਿ ਜਿਹੜੇ ਲੋਕ ਸਭਾ ਦੀ ਇਲੈਕਸ਼ਨ, ਕਿਉਂਕਿ ਹਰੇਕ ਇਲੈਕਸ਼ਨ ਦੇ ਡਾਇਮੈਂਸ਼ਨ ਅਲੱਗ ਅਲੱਗ ਹੁੰਦੇ ਨੇ, ਲੋਕ ਸਭਾ ਦੇ ਵਿੱਚ ਵੈਸੇ ਥੋੜ੍ਹਾ ਲੋਕਾਂ ਦਾ ਇੰਟਰਸਟ ਘੱਟ ਹੁੰਦਾ, ਪਲੱਸ ਗਰਮੀ ਔਰ ਸੀਜ਼ਨ ਦਾ ਵੀ ਟਾਈਮ ਹੈ, ਇਸ ਕਰਕੇ ਥੋੜ੍ਹੀ ਜਿਹੀ ਹੋ ਸਕਦਾ ਪੋਲਿੰਗ ਪਰਸੈਂਟੇਜ ਘਟੇ, ਉਹ ਇੱਕ ਜਰਨਲ ਜੀ ਓਬਜ਼ਰਵੇਸ਼ਨ ਸਾਰਿਆਂ ਦੀ ਹੈਗੀ। ਪਰ ਮੈਂ ਸਮਝਦਾ ਕਿ ਜਿਸ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ, ਸਾਨੂੰ ਰਿਸਪੋਂਸ ਹੈ ਜਿਹੜਾ, ਮੈਂ ਸਾਰੇ ਸ਼ਹਿਰ ਦੇ ਸਾਰੇ ਬੂਥ ਨੇ ਜਿਹੜੇ ਉਹ ਕਵਰ ਕਰਿਆ ਆ, ਔਰ ਬਹੁਤ ਵਧੀਆ ਰਿਸਪੋਂਸ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਹਿਬ ਗੁਰਮੇਲ ਸਿੰਘ ਜੇ ਆਪਾਂ ਨੌ ਹਲਕੇ ਦੀ ਗੱਲ ਕਰੀਏ, 9 ਹਲਕੇ ਦੇ ਵਿੱਚੋਂ ਸੁਨਾਮ ਹਲਕਾ ਹੀ ਐਵੇਂ ਤਾਂ ਰੱਖਦਾ, ਕਿਉਂਕਿ ਸਭ ਦੇ 75,000 ਵੋਟਾਂ ਤੁਸੀਂ ਲੀਡ ਕੀਤਾ ਅਤੇ ਹੁਣ ਕੀ ਲੱਗਦਾ ਵੀ ਕਿੰਨੀ ਲੀਡ ਦੋ? ਨਹੀਂ ਦੇਖੋ ਇਹ ਤਾਂ ਚਲੋ ਤੁਸੀਂ ਸੁਨਾਮ ਦਿਓ, ਮੈਂ ਆਪਾਂ ਸਾਰੇ ਸੁਨਾਮੀ ਆ, ਇਸ ਕਰਕੇ ਆਪਾਂ ਨੂੰ ਸੁਨਾਮ ਨਾਲ ਵੱਧ ਪਿਆਰ ਹੈ ਅਤੇ ਤਾਂ ਜ਼ਿਆਦਾ ਅਹਿਮੀਅਤ ਸਮਝ ਨਜ਼ਰ ਆਉਂਦੀ ਹੈ। ਪਰ ਹਰੇਕ ਹਲਕੇ ਦੀ 9 ਦੇ 9 ਹਲਕਿਆਂ ਦੀ ਇਕੱਲੇ ਇਕੱਲੇ ਵੋਟਰ ਦੀ ਆਪੋ ਆਪਣੀ ਅਹਿਮੀਅਤ ਹੈ, ਸਾਰਿਆਂ ਦੀ ਹੀ ਬਰਾਬਰ ਅਹਿਮੀਅਤ ਹੁੰਦੀ ਹੈ, ਔਰ ਇਹ ਟੀਮ ਵਰਕ ਹੁੰਦਾ ਜੀ, ਆਪਾਂ ਕਹੀਏ ਵੀ ਇਕੱਲੇ ਨੋ ਡਾਊਟ ਪਰਮਾਤਮਾ ਦੀ ਕਿਰਪਾ ਦੇ ਨਾਲ ਸੁਨਾਮ ਹਲਕੇ ਦੇ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਇੱਕ ਰਿਕਾਰਡ ਤੋੜ ਬਹੁਮਤ ਦੇ ਨਾਲ ਉਹਨਾਂ ਨੇ ਆਪਣੇ ਇਸ ਨਿਮਾਣੇ ਜੇ ਭਰਾ ਨੂੰ, ਨਿਮਾਣੇ ਜੇ ਬੱਚੇ ਨੂੰ ਜਿੱਤ ਦਰ ਦਿੱਤੀ ਸੀਗੀ, ਅਤੇ ਮੈਂ ਸਮਝਦਾ ਕਿ ਉਹੋ ਜਿਹੀ ਰੁਝਾਨ ਇਸ ਵਾਰ ਵੀ ਨਜ਼ਰ ਆ ਰਿਹਾ। ਦੇਖੋ ਜੀ, ਸੰਗਰੂਰ ਦੇ ਲੋਕਾਂ ਦਾ ਪੂਰਾ ਵਧੀਆ ਰੁਝਾਨ ਹੈਗਾ, ਪਹਿਲਾਂ ਵੀ ਸੰਗਰੂਰ ਦੇ ਲੋਕ ਆ ਜਿਹੜੇ ਉਹ 4 ਵਾਰੀ ਆਮ ਆਦਮੀ ਪਾਰਟੀ ਨੂੰ ਜਿਤਾ ਚੁੱਕਿਆ ਅਤੇ ਐਤਕੀ ਵਾਰੀ ਵੀ ਜ਼ਰੂਰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆ ਜਿਹੜੇ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਫਤਵਾ ਦੇਣਗੇ। ਅੱਜ ਤੁਸੀਂ ਵੋਟਿੰਗ ਪਾਉਣ ਆਏ ਹੈਗੇ, ਕਿਵੇਂ ਲੱਗਦਾ ਹੈਗਾ, ਰੁਝਾਨ ਕਿਵੇਂ ਦੇਖਦੇ? ਦੇਖੋ ਜੀ, ਆਲ ਓਵਰ ਜਿਹੜਾ ਜ਼ਿਮਨੀ ਚੋਣ ਹੁੰਦੀ, ਆਪਾਂ ਨੂੰ ਪਤਾ ਕਿ ਉਹਦੇ 'ਚ ਵੈਸੇ ਹੀ ਲੋਕਾਂ ਦਾ ਰੁਝਾਨ ਘੱਟ ਹੁੰਦਾ, ਦੂਸਰਾ ਜਿਹੜਾ ਹੁਣ ਸੀਜ਼ਨ ਦਾ ਵਰਕ ਵੀ ਇਸੇ ਕਰਕੇ ਜਿਹੜਾ ਲੋਕ ਹਲੇ ਘੱਟ ਆ ਰਹੇ ਆ, ਪਰ ਇਹ ਹੈਗਾ ਕਿ ਜਿਹੜਾ ਚੰਗਾ ਵੋਟ ਸ਼ੇਅਰ ਹੋਊਗਾ ਤਾਂ ਡੈਫੀਨੇਟਲੀ ਆਮ ਆਦਮੀ ਪਾਰਟੀ 25 ਵਾਰੀ ਇੱਥੋਂ ਜਿਹੜਾ ਜਿੱਤ ਕੇ ਜਾਊ। ਟੱਕਰ ਕਿਹਦੇ ਨਾਲ ਮਾਤੇ ਮੁਕਾਬਲਾ ਕੀ? ਦੇਖੋ, ਮੁਕਾਬਲਾ ਆਮ ਆਦਮੀ ਪਾਰਟੀ ਦਾ ਮੁਕਾਬਲਾ ਹਮੇਸ਼ਾ ਆਪਣੇ ਆਪ ਨਾਲ ਹੁੰਦਾ ਜੀ, ਜਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੁੰਦੀਆਂ, ਮੁੱਦੇ ਹੁੰਦੇ ਆ, ਉਹਨਾਂ ਦੇ ਨਾਲ ਹੁੰਦਾ।